ਅਸਲਾਮੁਅਲੈਕੁਮ, ਮੈਂ ਹਾਂ ਤੁਹਾਡਾ ਆਪਣਾ ਵੀਰਾ ਮੁਦੱਸਰ ਅਹਿਮਦ। ਤੁਹਾਡੇ ਦੇ ਪਿਆਰੇ ਮੁਦੱਸਰ ਅਹਿਮਦ ਵਲੌਗ ਨਵੇਂ ਮੇਰਾ ਚੈਨਲ ਕੋ ਸਬਸਕ੍ਰਾਈਬ ਕਰ ਦਿਵੈ, ਲਾਈਕ ਕਰ ਦਿਵੈ, ਕਮੈਂਟਸ ਕਰ ਦਿਵੈ, ਕਰ ਦਿਵੈ। ਲੋਡ ਕਰਨਾ ਹੈ ਖੜੋ ਅੰਬ, ਅੰਬ ਲੋਡ ਕਰਨਾ ਹੈ ਉੱਚੇ ਚੋਂ। ਅੰਬ ਲੋਡ ਕਰਤੇ ਲਾਹੌਰ ਵਾਹਗਾ ਬਾਰਡਰ ਰੋਡ ਦੇ ਉੱਤੇ, ਇਹ ਸਫਾਂ ਵਿੱਚ ਵਿਛਾ ਤੇ ਖੁੱਲ੍ਹਾ ਅੰਬ ਪਾਉਣਾ ਹੈ। ਸਾਈਡ ਅੰਦਰ ਲੈ ਸੂੰ ਅਤੇ ਵਿੱਚ ਵਿਛੇ ਸੂੰ। ਬਾਬਾ ਦਾ ਅੰਬ ਪਾ ਕੇ ਸਿੱਧਾ ਲਾਹੌਰ, ਸਾਹਮਣੇ ਅੰਬ ਇੱਥਾਂ ਲੋਡਿੰਗ ਕਰਨੀ ਹੈ। ਅੰਬ ਸਾਰਾ ਅੰਬ ਲਾਹੌਰ ਵੇਂਦਾ ਖੜੇ ਕੱਚਾ, ਇੱਥੋਂ ਕਿਰ ਭਲਾ ਜਿਹੜੇ ਲਾਹੌਰ ਵੇਂਦੇ ਹੀਕੂ ਲੱਗਦੇ ਉੱਥੇ ਹੀ ਪਾਲ ਧੋ ਧੂ ਸਾਫ਼ ਸੁਥਰਾ ਕਰ ਕਲੀਅਰ ਕਰਤੇ ਹੀਕੂ ਲੱਗਦੇ ਪਾਲ, ਇਹ ਵਾਲਾ ਪਾਲ ਕਰਦੇ ਵਾਲਾ ਲਾਹੌਰ ਹੀ ਖਾਂਦੀਆਂ ਹਨ, ਠੇਰ ਲਾਹੌਰ ਹੀ ਖਾਂਦੇ ਹਨ। और त्रोट थे के बारह बजे सरवाया ने पांच का टाइम थी के हाल ही तक भी वन थे टाइम जाया करें वन टूटे फिर वन समय नहीं आती पे कोई नहीं जुट बढ़ा दे बैठे कुछ उठा जुट बढ़ा दे बैठे थे गद्दी एडी लोड थी तो खड़ी है थी समय नहीं आती पर टाइम ढेर सारा थी गए। ये पक्के लातन परू पक्के लातन जवान गुले ना बैठे खावण की तय बस वो खड़ी है गड्डी अपनी कोई समय नहीं आती है टाइम छीदा थी गए थे कि ढेर लड़ना पोसे ये क्या आखी जोनी ने वो रोड वाला आ गया हूँ कंडे से कंडा थी गया मुकम्मल टायर दे ਅਤੇ ਆ ਗਏ ਹੈ ਉਹ ਸ਼ਰੀਫ ਕਰਾਸ ਕਰਦੇ ਜਲਾਲਪੁਰ ਰੋਡ ਦੇ ਹਵਾਵਾਂ ਇਹਨਾਂ ਚੈੱਕ ਥੀਆਂ ਪੈਨ। ਇਹ ਉਹ ਦੁਕਾਨ ਹੈ ਜਿਹੜਾ ਪਹਿਲੇ ਇੱਕ ਦਫ਼ਾ ਪੰਚਰ ਲਵਾ ਗਿਆ ਸੀ ਮਤੀਰੇ ਦੇ ਦੌਰਾਨ ਵਿੱਚ, ਹਵਾ ਚੈੱਕ ਥੀ ਗਈ ਹੈ ਬਾਕੀ ਹੁਣ ਇਹ ਹਵਾ ਚੈੱਕ ਕਰਾ ਅਤੇ ਉਹਲਾ ਨਿਕਲਦੇ ਹਾਂ। ਪਹੁੰਚ ਗਏ ਹੁਣ ਜਲਾਲਪੁਰ, ਜਲਾਲਪੁਰ ਕੋਲੋਂ ਲੋਧਰਾ ਰੋਡ ਹੈ ਸਾਡੇ ਕੋਲੋਂ, ਲੋਧਰਾ ਰੋਡ ਤੇ ਸਿੱਧੇ ਥੀ ਗਿਓ ਵਾਲਾ ਨਿਕਲ ਤੁਸ ਲੋਧਰਾ ਲੋਧਰਾ ਗੁਨੋ ਵਾਲਾ ਦੁਨੀਆਪੁਰ ਮੇਤਲਾ ਚੌਕ ਜਹਾਨੀਆ ਮੰਡੀ ਵਾਲਾ ਖਾਣੇ ਵਾਲ ਦਾ ਵਾਲਾ ਲੋਰ। ਚਲੋ ਭੈਣ ਕੋਈ ਨਹੀਂ, ਇਹ ਸਾਹਮਣੇ ਸੀ ਪੈਕ ਜਿਹੜੀ ਗੱਡੀ ਛੱਡਦੀ ਪਈ ਹੈ ਦੇਣ ਦੀ ਪਈ ਹੈ, ਇਹ ਸਾਹਮਣੇ ਗੱਡੀ ਦੀ ਪਈ ਸੀ ਪੈਕ ਹੈ। ਸਹੀ ਬੋਰਡ ਆਦਰਪੁਰ ਸੋਈ ਵਾਲਾ ਲੋਧਰਾ ਦੁਨੀਆਪੁਰ ਸੂਈ ਵਾਲੇ ਪਹੁੰਚ ਗਏ ਹੂੰ, ਉੱਥਾਂ ਪੰਜ ਬ੍ਰੇਕ ਲੱਗੀ ਹੈ ਪਾਨ ਵਾਲੇ ਦੇਖਦੇ ਸੀ ਇੱਥੇ ਪਾਨ ਬੜਵਾ ਤੇ ਵਾਲਾ ਨਿਕਲਦਾ ਉਹ ਕਾਲਾ ਵੇਂਦਾ ਪਿਆ ਕਾਲਾ ਉਹ ਹਰਨ ਮਰੇ ਨਾ ਵੇਂਦਾ ਜਿਹੜਾ ਇਹ ਵੀ ਰੈਡੀ ਪਾਨ ਵੀ ਉਹ ਵੀ ਰੈਡੀ ਨਿਮਕੋ ਵੀ ਰੈਡੀ ਇਹ ਠੀਕ ਹੈ ਅਸੀਂ ਫਾਈਨਲ ਪਾਨ ਇਹ ਆ ਗਏ ਚੱਲਦੇ ਹਾਂ ਗੱਡੀ ਕੋਲ। ਲੋਧਰਾ ਪਹੁੰਚ ਗਈ ਹੂੰ, ਲੋਧਰਾ ਇਹ ਸ਼ਹਿਰ ਮੁੜੀ ਲੇਕਿਨ ਲਾਈਟ ਕਹਿੰਦੇ ਪ੍ਰਭਾਤ ਸ਼ਰਦ ਹੈ ਲਾਈਟ ਇਹ ਕਹਿਣਾ ਲੋਧਰਾ ਦੀ ਰੋਡ ਤੋਂ ਪਏ ਤੇ ਗਲੀ 'ਚ ਰੋਡ ਤੋਂ ਨਿਕਲ ਤੇ ਗਲੀ 'ਚ ਪਏ ਗਏ ਕਿਉਂਕਿ ਇਹ ਪਰਲੀ ਬਾਈਪਾਸ 'ਤੇ ਚੜ੍ਹਦੇ ਸੀ ਉਹ ਪਰ ਲਾਈਟ ਅੰਦਰ ਜਾਂਦਾ ਉੱਥੋਂ ਕਰ ਚੜ੍ਹਦੇ ਸੀ ਵਾਲਾ ਅੱਲਾ ਖੈਰ ਕਰੇ ਅਤੇ ਖਾਨੇਵਾਲ ਰੋਡ ਚਲਦੇ ਬਾਈਪਾਸ ਲੋਧਰਾ ਦਾ ਮੇਨ ਗਿਉਂ ਸਹੀ ਲੋਧਰਾ ਬਾਈਪਾਸ ਤੇ ਜਿਹੜਾ ਦੁਨੀਆਪੁਰ ਰੋਡ ਤੋਂ ਸਿੱਧਾ ਖਾਨੇਵਾਲ ਰੋਡ ਚੜ੍ਹਦਾ ਪਿਆ ਇਹ ਗੋਲ ਚੱਕਰ ਸਿੱਧਾ ਇਹ ਸਾਈਡ ਦੇ ਮੁਲਤਾਨ ਇਹ ਹੁਣ ਠੀਕ ਗਿਉਂ ਬਿਲਕੁਲ ਸਿੱਧਾ ਲੈਵਲ ਤੇ ਥੀ ਗਿਓ ਇੱਥੋਂ ਕਿ ਰੋਡ ਪਹਿਲੇ ਅਸੀਂ ਦੁਨੀਆਪੁਰ ਅਲਾ ਚੌਕ ਮੇਤਲਾ ਜਹਾਨੀਆ ਮੰਡੀ ਖਾਨੇਵਾਲ ਤੋਂ ਵਾਲਾ ਸਿੱਧੇ ਥੀ ਵੇ ਲਾਹੌਰ ਇੱਥੋਂ ਕਿ ਸਫ਼ਰ ਹੈ 90 ਕਿਲੋਮੀਟਰ ਖਾਨੇਵਾਲ ਪਹੁੰਚ ਗਿਓ ਮੀਆਂ ਚਨੂ ਇਹ ਬੱਸ ਮੁੜਦੀ ਪਈ ਹੈ ਸ਼ਹਿਰ ਵਾਲੇ ਪਾਸੇ ਇਹ ਸ਼ਹਿਰ ਵੀ ਪਈ ਹੈ ਅਤੇ ਇਹ ਬਾਈਪਾਸ ਅਸਾਂ ਵੇਂਦਾ ਪਿਓ ਮੀਆਂ ਚਨੂ ਦਾ ਪਹੁੰਚ ਗਿਓ ਸਹੀਵਾਲ ਇਸਲਾਮਾਬਾਦ ਲਾਹੌਰ ਸਿੱਧਾ ਸਹੀਵਾਲ ਲੈਫਟ ਸਾਈਡ 'ਤੇ ਮਤਲਬ ਉਹ ਸਿੱਧਾ ਸਹੀਵਾਲ ਸਿਟੀ
असा बाईपास फिरना है। फिर दे प्यों बाईपास सीधा लाहौर, ये पहुंच गया है उकावड़ा, उकाड़ा बल्कि उकाड़ा उकावड़ा भूल गया उकावड़ा, ये उकाड़ा उठे दिए मजदा लगा खड़े रात तो नजर आ गया बड़ा गंदा लगा खड़े उकाड़ा छावनी 7 किलोमीटर से उकाड़ा शहर है ये उकाड़ा छावनी है। फौजी एरिया स्टेट फौजी एरिया उकाड़ा पहुंच गयो उकाड़ा शहर खब्बे हाथ पे खब्बे हाथ पे उकाड़ा शहर असा बाईपास बनने उकाड़ा शहर का सजे हाथ पे पहुंच आयो ठोकर न्याज बेग मोटरवे दा इशारा मोटरवे का सामने सीधा ठोकर न्याज पे ये ठोकर ते न्या अपना मोटरवे सी पैक ते चढ़ गई ये सीधा शहर है अगू है पुलिस चौकी क्रॉस कर गए वाला अगू की लोकेशन अगू का ये पहुँच आयो लाहौर दे विच हुण सीधा असा पुल दे उत्ते चढ़ने थले नहीं लाना सीधा पुल दे उत्ते चढ़ने असा ਦੀ ਥੀ ਨਾ ਉਹਦੇ ਪੰਜ ਦਾ ਟਾਈਮ ਉਹ ਠੀਕ ਹੈ 10 ਮਿੰਟਾਂ ਦੇ ਪਹਿਲ ਹੁਣ ਪੁਲ 'ਤੇ ਚੜ ਸੂ ਪੁਲ ਦੇ ਉੱਤੋਂ ਵੀ ਪੁਲ ਨਜ਼ਰ ਦੀ ਗੜੀ ਸੀ ਉਹ ਮੈਟਰੋ ਦੀ ਹੈ ਪੁਲ ਕ੍ਰਾਸ ਕਰਕੇ ਸਿੱਧਾ ਸਾਵਨ ਨੇ ਮੁਗਲਪੁਰ ਕੋਲ ਅੱਗੂ ਲਾਲਪੁਰ ਹੈ ਲਾਲਪੁਰ ਵਰਨੇ ਅਸਾਂ ਮੋਟਰ ਆਪਣਾ ਇਹਦੀ ਮੈਟਰੋ ਦੀ ਪੁੱਲ ਹੈ ਇਹ ਆ ਗਿਆ ਸੀ ਮੁਸਲਮ ਇੰਟਰਚੇਂਜ ਉਹ ਵੱਡੀਆਂ ਗੱਡੀਆਂ ਵੇਂਦੇ ਨੇ ਉੱਤੋਂ ਅਤੇ ਅਸਾਂ ਵੇਂਦੋ ਤੱਲੂ ਇੰਟਰਚੇਂਜ ਦੇ ਗੁਸਰੇ ਨੇ ਇੰਟਰਚੇਂਜ ਮੁਸਲਮ ਗਾਰਡਨ ਇੰਟਰਚੇਂਜ ਫਿਰੋਜ਼ਪੁਰ ਇੰਟਰਚੇਂਜ ਪਰੂ ਮੈਟਰੋ ਔਰ ਪੁੱਲ ਵਾਲਾ ਥੱਲੇ ਇੰਟਰਚੇਂਜ ਲਾਲ ਲਾਹੌਰੀ ਤਕੜਾ ਖਾਂਦੇ ਨੇ ਤਕੜਾ ਹੈ ਵੀ ਇਹ ਵੀ ਹਿਸਾਬ ਕਿਤਾਬ ਹੈ ਸਵੇਰੇ ਸਵੇਰੇ ਕਿਉਂ ਪਹੁੰਚ 7 ਕਿਲੋ ਬੰਦਾ ਅੰਬ ਗਿਣਗੇ ਉਹ ਬਾਬੇ ਆਏ ਖੜੇ ਨੇ ਉਹ ਵੀ ਮਾਸ਼ਾਅੱਲਾ ਸੁਥਰਾ ਹਿਸਾਬ ਕਿਤਾਬ 12-15 ਗੁੱਛੇ ਰੱਖੇ ਖੜੇ ਨੇ ਕੇਲੇ ਦੇ ਅਤੇ ਇਦੋਂ ਇਹ ਮਾਇਆ ਖੜੇ ਨੇ ਇਹ ਵੀ ਮੈਂ ਆਖੋ 1 ਮਈ ਜਿਹੜੀ ਹੈ ਨਾ 5 ਕਿਲੋ ਗਿੱਧੀ ਖੜੀ ਹੈ ਆੜੂ ਅਤੇ ਬਈ 3 ਕਿਲੋ ਤੁਲਵੇ ਦੀ ਪਈ ਹੈ ਸਾਰਾ ਹਿਸਾਬ ਕਿਤਾਬ ਹੈ ਕਿਆ ਬਾਤ ਹੈ ਬੜੇ ਲੋਕ ਖਤਮ ਮਾਸ਼ਾਅੱਲਾ ਪਹੁੰਚ ਗਏ ਤਾਂ ਪਹੁੰਚ ਤਾਂ ਕਿਉਂ ਹਾਲਤ ਬੁਰੀ ਤੇ ਬੈਠੀ ਹੈ ਅਤੇ ਬੰਦੇ ਕੋ ਫੋਨ ਕੀਤਾ ਸੀ ਚਾਹਤਾ ਕਹਿਣ ਸੀ ਚਾਹਤਾ ਕਹਿਣ ਸੀ ਲੇਕਿਨ ਕੁਦਰਤੀ ਆ ਇੱਥਾਂ ਰੁਕਿਓ ਇਹ ਰੋਡ ਦੇ ਉੱਤੇ ਕੁਦਰਤੀ ਆ ਰੁਕਿਓ ਅਤੇ ਰੇਹੜੀ ਵਾਲਾ ਆ ਗਿਆ ਅੱਗੋਂ ਇਹ ਪੁੱਛਦੇ ਵੀ ਲਾਲਾ ਕਿਹਦਾ ਮਾਲ ਹੈ ਮੈਂ ਕਿਹਾ ਅਕਲਾਂ ਦੇ ਬੰਦੇ ਦਾ ਹੈ ਉਹ ਆ ਗਿਆ ਉੱਥੇ ਲਾ ਖੜਾ ਗੱਡੀ ਇਹਨਾਂ ਦਾ ਮਾਲ ਹੈ ਆਪਣਾ ਨਸੀਬ ਬਾਬਾ ਚਲੋ ਖੈਰ ਉਹ ਬੰਦੇ ਉਹ ਸਨ ਗਿਣਵੇਂ ਸਨ ਤਾਂ ਲਾਲਾ ਰਹੇ ਸਨ ਗਿਣ ਵੱਜ ਮਾਲ ਉੱਥੇ ਲਹਾ ਕੇ ਦੇ ਸੇ ਮੈਂ
थैंक केयर गया वीडियो बढ़ा नहीं सकिया आ गई नींदर थका इतना बदामी उठा कर बैठे रह गए से उन्हें इंतजार 8:30-9 थी वाजी हैं सकू इन्हें कुछ सदें सवा 8:45 आन भला गेन गेन इतना याद है ने भला असा को नींद आ गई मेरे तो नींद आ गई बड़ी जोर दी अल्लाह खैर करे इतना मैं सुन गया उन्हें माल हाकते हम डू वाते 5 मिनट हम लह गए गड्डी और निकल दूँ अगू के स्टे करने शाम को 4 बजे तक 6 बजे तक 6 बजे अधूरा थी सीधे वाला माल लोड कराने सुपर लें चलो देखते हैं क्या करने हैं लोडिंग तो सही कह नहीं ये तो लोडिंग साड़ी इतनी अनलोड थी गई है खाली बल्कि ही वीडियो को इतनी एंड करने हैं वापसी साड़ी है भाई ओदी वीडियो वाला अलहदा बड़े सू थोड़ी बड़े सू फैमिली नाल तरीके तरीके नाल सलीके नाल देखभाल ते भी उन्हें वीडियो में ना भी आवे तो अपनी वीडियो भी कंप्लीट थी वे घर का समान है रुला आली को माड़े शहर का चलो देते हैं आप हाँ खड़े ही खड़ू शाम थी बना लिए उठा कर मैच खेलना है खड़ा ए निके निके बाल नाल मदरसा है सारे मैच खेलना है खड़ा ये सामने मदरसा है यो इतनी मैच खेलना है ढेरों ढेर बाल है अपना टाइम पास कराने वाले वीडियो को करेंगे पैसे इतना ही एंड लोडिंग करनी है घर का समान अद्धे घंटे तक थी बना लिए शाम मतलब अधूरा थी वैसे वाला लोडिंग करना शुरू करे सूँ दूजा घर का समान नवे में चैनल को सब्सक्राइब कर के लाइक कर रही है बैल को दबा रही है हर वीडियो की नोटिफिकेशन तक मिलती रहे वैसे खुश रहो खुश रखो अल्लाह ताला हर मुसलमान का भी सलमान के सलाम।